ਆਪਣੇ ਰੱਬ ਦੇ ਨਾਮ ਬਰਾਬਰੀ ਠਰਾਂਦੇ ਨੇ ਜਿਵੇਂ ਬਰਾਬਰੀ ਠਰਾਂਦੇ ਨੇ ਇਬਾਦਤ ਵਿੱਚ ਬਰਾਬਰੀ ਠਰਾਂਦੇ ਨੇ ਉਹਨਾਂ ਨੂੰ ਮੁਸ਼ਕਲ ਕੁਛ ਆਗੈਰ ਨੂੰ ਸਾਬਤ ਕਰਦੇ ਨੇ ਜਿਵੇਂ ਰੱਬ ਕੋਲੋਂ ਦੁਆਵਾਂ ਕਰਨ ਇੱਦਲ ਬਰਾਬਰੀ ਜਿਵੇਂ ਰੱਬ ਕੋਲੋਂ ਦੁਆਵਾਂ ਕਰਨੀਆਂ ਨੇ ਓਵੇਂ ਗੈਰ ਤੋਂ ਦੁਆਵਾਂ ਕਰਦੇ ਨੇ ਜਿਵੇਂ ਰੱਬ ਦੀਆਂ ਨਜ਼ਰਾਂ ਦੇਣੀਆਂ ਚਾਹੀਦੀਆਂ ਨੇ ਓਵੇਂ ਗੈਰ ਦੀਆਂ ਨਜ਼ਰਾਂ ਦਿੰਦੇ ਨੇ ਜਿਵੇਂ ਰੱਬ ਨੂੰ ਮੁਸ਼ਕਲ ਕੁਛ ਆਖਣਾ ਚਾਹਦਾ ਹੈ ਰੀਸ ਕਰਕੇ ਗੈਰ ਨੂੰ ਵੀ ਮੁਸ਼ਕਲ ਕੁਛ ਆਸਾਬਤ ਕਰਦੇ ਨੇ ਵਿਜਾਲਮਾ ਹੋ ਇਹ ਅਸਮਾਨ ਸਾਰੇ ਵੇਖਦੇ ਪੈ ਜੋ ਜ਼ਮੀਨ ਵੇਖਦੇ ਪੈ ਜੋ ਉਹ ਇਸ ਹਸਤੀ ਦਾ ਸ਼ਰੀਕ ਬਣਾਈ ਜਾਂਦੇ ਹੋ ਇਹ ਤੁਹਾਡੀ ਅਕਲ ਕਿਸ ਤਰ੍ਹਾਂ ਦੂਰ ਹੋ ਗਏ ਤੁਸੀਂ ਸਾਡੇ ਕੀ ਪੱਲੇ ਪਈ ਗੱਲ ਹੈ ਤੁਹਾਨੂੰ ਕੀ ਲਾ ਲਾ ਅੱਲਾ ਦੀ ਬਾਤ ਸਮਝ ਆਈ ਜੇ ਫੌਤ ਸ਼ੁਦੂਗਾਂ ਦੇ ਦਰਵਾਜ਼ ਸਜਾ ਕੇ ਤੁਸੀਂ ਆਖਦੇ ਹੋ ਅਸੀਂ ਕੁਰਾਨ ਦੇ ਪੂਰੇ ਉਤਰਦੇ ਪੈ ਤਾਂ ਕੈਸੀ ਖਾਮ ਕਾ ਲੀਏ ਤੁਹਾਡੇ ਇਹ ਕੁਰਾਨ ਨੂੰ ਜੁਟਲਾਵਣ ਵਾਲੇ ਬਣ ਚੁੱਕੇ ਨੇ ਇਹ ਆਪਣੇ ਕਰਤੂਤਾਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਉਹ ਭਾਈ ਇਹ ਗੱਲ ਮੰਨਣਾ ਹੈ ਨਾ ਇਹਨਾਂ ਨੂੰ ਪੁੱਛ ਲਓ ਕੋ ਲਿਲਾ ਅੱਲਾ ਨੂੰ ਹੀ ਮੰਨਦੇ ਜੇ ਨਾ ਓਏ ਅੱਲਾ ਹੀ ਮਾਲਕ ਹੈ ਨਾ ਅੱਲਾ ਦੀ ਬਾਦਸ਼ਾਹੀ ਹੈ ਨਾ ਅੱਲਾ ਦੇ ਤਸਰਫਾਤ ਨੇ ਨਾ ਮਨਗਾ ਦੇ ਇੱਥੇ ਤੁਹਾਡੇ ਕੋਲ ਜਵਾਬ ਕੋਈ ਨਹੀਂ ਮੰਨੀ ਖਲੋਤੇ ਜੇ ਕਿ ਸਮਾਨਾ ਤੇ ਜ਼ਮੀਨ ਕਿਸ ਦੀ ਮਲਕੀਅਤ ਨੇ ਅੱਲਾ ਦੀ ਬਾਦਸ਼ਾਹ ਕੌਣ ਹੈ ਅੱਲਾ ਤਸਰਫਾਤ ਅੱਲਾ ਦੇ ਰੇ ਫਿਰ ਇਹ ਦੂਜੇ ਪਾਸੇ ਕੀੜਾ ਕੀ ਹੈ ਫਿਰ ਪੁੱਤਰ ਦਿੰਦਾ ਪੁੱਤ ਦਿੰਦਾ ਹਾਂਜੀ ਰੋਦੀ ਦਿੰਦਾ ਪੁੱਤ ਦਿੰਦਾ ਫਿਰ ਉਹ ਇਹ ਚੱਕਰ ਕੀ ਹੈ ਚੱਕਰ ਤਾਂ ਜਰਾ ਸਮਝਾਓ ਨਾ ਜਵਾਬ ਕੋਈ ਨਹੀਂ ਤੁਹਾਡੇ ਕੋਲ ਅੱਜ ਕਬਰਾਂ ਵਾਲੇ ਕੋਲ ਹੈ ਕੋਈ ਬੁੱਧਾਂ ਵਾਲਿਆ ਕੋਲ ਕੋਈ ਇਸਾਈਆਂ ਕੋਲ ਕੋਈ ਨਹੀਂ ਯਹੂਦੀਆਂ ਕੋਲ ਕੋਈ ਨਹੀਂ ਮੁਸਲਮਾਨੀ ਮੱਕਾ ਕੋਲ ਕੋਈ ਉਹ ਕਿਸ ਦੀ ਹੈ ਅੱਲਾਹ ਦੀ ਮਲਕੀਅਤ ਉਸ ਦਾ ਖਾਲਕ ਕੌਣ ਹੈ ਅੱਲਾਹ ਉਸ ਦਾ ਬਾਦਸ਼ਾਹ ਕੌਣ ਹੈ ਅੱਲਾਹ ਉਸ ਤੇ ਤਸਰਫਾਤ ਕਿਸ ਦੇ ਨੇ ਉਸ ਤੇ ਹੁਕਮ ਕਿਸ ਦਾ ਚੱਲਦਾ ਹੈ ਅੱਲਾਹ ਦਾ ਜੇ ਆਖੀਏ ਉਸ ਦੇ ਵਿੱਚ ਲਾਹੂ ਦੀ ਕੈਦਰ ਵਾਇਲੈਂਟ ਕਰਾਂਗੇ ਕਿਸ ਦੇ ਵਿੱਚ ਪੀਰਾਂ ਫਕੀਰਾਂ ਦਾ ਵੀ ਹੁਕਮ ਚੱਲਦਾ ਹੈ ਇਸ ਦੇ ਵਿੱਚ ਕਿਸੇ ਬੁੱਧਾ ਵੀ ਹੁਕਮ ਚੱਲਦਾ ਹੈ ਇਸ ਦੇ ਵਿੱਚ ਕਿਸੇ ਵਲੀ ਦਾ ਵੀ ਹੁਕਮ ਚੱਲਦਾ ਹੈ ਕੁਰਾਨ ਦੇ ਮਨਕਲ ਠਹਿਰਾਉਂ ਉਹ ਵੀ ਸਾਡੇ ਹੁਕਮ ਦੇ ਤਹਿਤ ਚੱਲ ਰਹੀਆਂ ਨੇ ਉਹ ਵੀ ਸਾਡੀ ਮਲਕੀਅਤ ਦੇ ਤਹਿਤ ਚੱਲ ਰਹੀਆਂ ਨੇ ਉਹ ਵੀ ਬਿਨਾਂ ਸ਼ਰਾਕਤ ਦੇ ਸਾਡੇ ਕੰਟਰੋਲ ਇਚ ਨੇ ਐ ਬਾਤ ਸੱਚ ਹੈ ਰਾਤ ਨੂੰ ਜਿਹੜੀਆਂ ਚੀਜ਼ਾਂ ਸਕੂਨ 'ਚ ਦਿਨ ਨੂੰ ਜਿਹੜੀਆਂ ਚੀਜ਼ਾਂ ਹਰਕਤ 'ਚ ਸਾਰੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਨੇ ਬਗੈਰ ਜ਼ਰਾਕਤ ਦੇ ਐ ਮਤਲਬ ਇਹ ਸਹਤ ਮੁਬਾਰਕਾ ਦਾ ਕੁਝ ਪੱਲੇ ਰਿਆ ਸਾਡੇ ਕੁਝ ਪੀਰਾਂ ਫਕੀਰਾਂ ਨੇ ਸਾਡੇ ਪੱਲੇ ਰਹਿਣ ਦਿੱਤਾ ਕੁਝ ਮੌਲਵੀਆਂ ਨੇ ਸਾਡੇ ਪੱਲੇ ਰਹਿਣ ਦਿੱਤਾ ਇਹੋ ਹੀ ਪੜਦੇ ਨੇ ਦਿਨ ਰਾਤ अल्लाह पाक का नाम तो सूरत सूरतम शुरू करा सूरत अनाम बड़ी प्यारी सूरत मुबारक है सारे सीने दे खलश मिटा देगी ਜੀ ਅਗਰ ਧਿਆਨ ਦੇ ਨਾਲ ਇਸ ਨੂੰ ਬਾਤ ਨੂੰ ਸਮਝਣਾ ਸੂਰਤ ਮਾਇਦਾ ਦੇ ਵਿੱਚ ਅੱਲਾ ਪਾ ਨੇ ਹੁਕਮ ਲਗਾਏ ਹਾਂਜੀ ਇਹ ਫਾਰਕ ਹੈ ਫਾਰਕ ਹੈ ਫਾਰਕ ਜ਼ਿਆਦਾ ਹੁਕਮ ਚੱਲਦਾ ਹੈ ਸੂਰਤ ਅਨਾਮ ਇਸ ਲਈ ਜ਼ਿਆਦਾ ਅਹਿਮ ਹੈ ਮੈਂ ਗੁਜ਼ਾਰਿਸ਼ ਕਰ ਰਿਹਾ ਕਿ ਇਸ ਦੇ ਵਿੱਚ ਦਲਾਇਲ ਦਿੱਤੇ ਗਏ ਬੰਦੇ ਦਾ ਸੀਨਾ ਸਾਫ਼ ਕਰ ਦਿੱਤਾ ਜਾ ਚਲ ਕੋਈ ਤੈਨੂੰ ਹੁਣ ਮੋਬ ਹਮ ਨਹੀਂ ਤੇਰੇ ਤੇ ਕੋਈ ਗੱਲ ਰਹਿ ਗਈ 100 ਤੇ 2 ਹਿੱਸਿਆਂ ਵਿੱਚ ਤਕਸੀਮ ਕਰਾਂਗੇ ਪਹਿਲਾ ਹਿੱਸਾ 100 ਤੇ 17 ਨੰਬਰ ਹੈ ਤੇ ਮੁਬਾਰਕਾ ਤੱਕ ਚੱਲੇਗਾ ਕੋਈ ਹੋਰ ਮਜ਼ਮੂਨ ਨਹੀਂ ਚੱਲੇਗਾ ਸਿਰਫ ਤਸਰਫਾਤ ਚੱਲਣਗੇ ਅੱਲਾ ਪਾਕ ਤਸਰਫਾਤ ਕੀ ਨੇ ਇੱਕ ਪੂਰੀ ਕਾਇਨਾਤ ਦਾ ਨਿਜ਼ਾਮ ਬਾਰੀ ਤਾਲਾ ਖੁਦ ਇਸ ਦੀ ਤਦਬੀਰਾਂ ਫਰਮਾ ਰਹੇ ਨੇ ਉਸ ਦੇ ਵਿੱਚ ਕਿਸੇ ਦੂਸਰੇ ਦਾ ਹੱਥ ਜ਼ਰਾ ਵੀ ਨਹੀਂ ਜਿੰਨੇ ਮੰਨ ਲਿਆ ਉਹ ਅੱਲਾਹ ਪਾਕ ਦਾ ਸ਼ਰੀਕ ਮੰਨ ਕੇ ਤੇ ਮੰਨੇਗਾ ਦੂਸਰੇ ਹਿੱਸੇ ਦੇ ਵਿੱਚ ਨਜ਼ਰਾਂ ਤੇ ਤਹਿਰੀਮਾਤ ਦਾ ਜ਼ਿਕਰ ਹੈ ਜਿਸ ਨਾਲ ਪਿੱਛੇ ਹਾਂ ਬਈ ਤਹਿਰੀਮਾਤ ਅੱਲਾਹ ਪਾਕ ਦਾ ਹੱਕ ਹੈ ਨਜ਼ਰਾਂ ਅੱਲਾਹ ਪਾਕ ਦਾ ਹੱਕ ਹਾਂਜੀ ਅੱਲਾਹ ਦਾ ਨਾਮ ਲੈ ਕੇ ਸ਼ੁਰੂ ਕਰਦੇ ਹਾਂ ਹਾਂਜੀ ਫਰਮਾਇਆ ਜਾ ਹਾਂਜੀ ਇਹ ਸੂਰਤ ਮੱਕੀ ਹੈ ਤੇ ਇੱਕੋ ਦਫਾ ਉਤਰੀ ਤੇ 70000 ਫਰਿਸ਼ਤੇ ਲੈ ਕੇ ਉਤਰ ਇੱਕੋ ਦਫਾ ਸੂਰਤ ਨਾਜ਼ਲ ਹੋਈ ਤੇ 70000 ਫਰਿਸ਼ਤਿਆਂ ਦੀ ਜਮਾਤ ਲੈ ਕੇ ਉਤਰ ਇਹ ਅੱਡੀ ਐ ਇਹ ਚੀਜ਼ ਅਨਾਮ ਇਸ ਦਾ ਨਾਮ ਕਿਉਂ ਹੈ ਕਿ ਵਿੱਚ ਮਵੈਸ਼ੀਆਂ ਦਾ ਜ਼ਿਕਰ ਹੈ ਨਾਮ ਦਾ ਮਤਲਬ ਹੈ ਮਵੈਸ਼ੀ ਬਈ ਮਵੈਸ਼ੀਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਆ अगर आ जाने बात मजीद खुल जाती है फिर मैं अलहमदुलला तो शुरू की गई सूरत मुबारक अलहमदुल्ला मैं सूरत फातह के बच्चे तो दस चुके अलहमदुल्ला एक दावा बन रहा दा। अलहमदुलला दावा किस तरह बनता कि सारे जिन्नी भी मुश्किल कुछ आई है अल्लाह पाक के हाथ बच्चे है जो तो हमद मसलन अगर हमद की तारीफ करिए तमाम तारीफ अल्लाह पाक के लिए ਤੇ ਫੇਰ ਵੀ ਇਨਡਾਇਰੈਕਟਲੀ ਅੱਲਾਹ ਪਾਕ ਵਾਲੀ ਜਾਂਦੀਆਂ ਨੇ ਸਾਰੀਆਂ ਗੱਲਾਂ ਲੇਕਿਨ ਹਾਂਜੀ ਬਾਦ ਮੁਫਸਰੀਨ ਆਖਦੇ ਨੇ ਤੁਹਾਨੂੰ ਇਨਡਾਇਰੈਕਟਲੀ ਜਾਣ ਦੀ ਕੀ ਜ਼ਰੂਰਤ ਹੈ ਡਾਇਰੈਕਟਲੀ ਖਾਸ ਤਾਰੀਫਾਂ ਜਦੋਂ ਸਾਨੂੰ ਹਰ ਟਾਈਮ 24 ਘੰਟੇ ਅੱਲਾਹ ਪਾਕ ਦੀ ਲੋੜ ਹੈ ਹਾਂਜੀ ਤੇ ਜਿਸ ਦੇ ਨਾਲ ਲੋੜ ਹੋਵੇ ਉਸ ਦੀ ਤਾਰੀਫ ਹੀ ਹੁੰਦੀ ਹੈ ਅੱਲਾਹ ਪਾਕ ਤੇਰੀਆਂ ਇੰਨੀਆਂ ਨਵਾਜ਼ਾਂ ਤੇਰੀਆਂ ਉਹ ਨੇਮਤਾਂ ਖਾਂਦਾ ਪਿਆ ਉਹ ਨੇਮਤਾਂ ਖਾਂਦਾ ਪਿਆ ਉਹ ਨੇਮਤਾਂ ਖਾਦਾ ਪਿਆ ਇਹ ਇਨ ਅਦਰ ਵਰਡਸ ਇਹ ਹੁੰਦਾ ਕਿ ਮੇਰੇ ਤੇ ਵੀ ਆਪਣੀਆਂ ਨਿਵਾਸਾਂ ਕਰ ਮਿਹਰਬਾਨੀਆਂ ਕਰ ਹਮਦ ਇਹ ਚੋਂ ਕਿ ਹਮੂਮ ਵਿੱਚ ਰਸੀ ਲਫਜ਼ ਇਸ ਦੇ ਵਿੱਚ ਜ਼ਰੂਰੀ ਨਹੀਂ ਵੀ ਇੱਕ ਨੇਮਤ ਨਹੀਂ ਮਿਲੀ ਮੈਨ ਨਹੀਂ ਮਿਲੀ ਤੇ ਮੈਂ ਹਮਦ ਨਹੀਂ ਕਰਨੀ ਉਹ ਦੂਜੇ ਨੂੰ ਤਾਂ ਮਿਲੀ ਹੈ ਨਾ ਸਾਰੀਆਂ ਜਿਹੜੀ ਕਾਇਨਾਤ ਨੇਮਤਾਂ ਖਾਂਦੀ ਪਈ ਔਰ bari ਤਾਲਾ ਦੀਆਂ ਖਾਂਦੀ ਪਈ ਇਸ ਲਈ ਅਲਹਮਦੁਲਿਲਾ ਖਾਸ ਸਰੀਫਾਂ ਅੱਲਾਹ ਪਾਕ ਵਾਸਤੇ ਸਿਫਾਤ ਕਾਰ ਸਾਜ਼ੀ ਮੁਸ਼ਕਲ ਕੁਸ਼ਾਈ ਦੀਆਂ ਜਿੰਨੀਆਂ ਵੀ ਸਿਫਾਤ ਨੇ ਉਸ ਦਾ ਕੌਣ ਮਾਲਕ ਹੈ ਅੱਲਾ ਅੱਗੇ ਅੱਲਾ ਪਾਕ ਦੀਆਂ ਸਿਫਾਤ ਸਿਫਤ ਲਿਆਂਦੀ ਗਈ ਹਾਂਜੀ ਅਸਮਾ ਮਸੂਲਾ ਚੋਂ ਇਸਮੇ ਮਸੂਲ ਦੇ ਨਾਲ ਹਾਂਜੀ ਇਲਤ ਕਾਇਮ ਕਰਨ ਵਾਸਤੇ ਵੀ ਕਿਉਂ ਹੱਕ ਅੱਲਾ ਪਾਕ ਦੇ ਕਿਉਂ ਹੱਕ ਹੈ ਅੱਲਾ ਜੀ ਖਾਲਕ ਸਮਾਵਾਤ ਵਲ ਅਰਦ ਉਹ ਅਸਮਾਨਾਂ ਦਾ ਤੇ ਜ਼ਮੀਨ ਦਾ ਖਾਲਕ ਹੈ ਅੱਲਾ ਹੈ ਇਸ ਲਈ ਸਿਫਾਤ ਕਾਰਸਾਜ਼ੀ ਵੀ ਉਹਦੇ ਕੋਲ ਹੀ ਨੇ وجہ الظلمات والنور ਉਹਨੇ ਕੀ ਬੜਾਇਆ ਜ਼ੁਲਮਾਤ ਤੇ ਨੂਰ ਬਣਾਇਆ ਜ਼ੁਲਮਾਤ ਦਾ ਹਨੇਰੇ ਤਾਂ ਵੇਖਦੇ ਆ ਰੋਸ਼ਨੀ ਵੀ ਵੇਖਦੇ ਆ ਹਾਂਜੀ ਲੇਕਰ ਅਸਲ ਚੀਜ਼ ਇਹ ਉਹਨੇ ਦੱਸਿਆ ਬਈ ਇਹ ਜੇ ਮੁਨਾਫਕਤ ਦੇ ਜ਼ੁਲਮਾਤ ਹਨੇਰੇ ਜੇ ਇਹ ਸ਼ਿਰਕ ਦੇ ਹਨੇਰੇ ਜੇ ਆ ਬਿਦਾਤ ਦੇ ਹਨੇਰੇ ਨੇ ਤੇ ਇਹ ਤੌਹੀਦ ਦਾ ਨੂਰ ਹੈ ਨੂਰ ਚੋਂ ਕੇ ਹੱਕ ਹੀ ਹੁੰਦਾ ਇਸ ਲਈ ਵਾਹਦ ਦੇ ਸਿਗੇ ਨਾਲ ਲਿਆਂਦਾ ਗਿਆ ਜਿਹੜੇ ਹਨੇਰੇ ਨੇ ਉਹ ਬੇਸ਼ੁਮਾਰ ਹੁੰਦੇ ਨੇ ਜ਼ੁਲਮ ਦੇ ਹਨੇਰੇ ਜਿਹੜੇ ਨਾ ਉਹ ਬੇਚਮਾਰ ਹੁੰਦੇ ਨੇ ਮੁਨਾਫਕਤ ਦੇ ਹਨੇਰੇ ਸ਼ਿਰਕ ਦੇ ਹਨੇਰੇ ਵਿਦਾਤ ਦੇ ਹਨੇਰੇ ਹਾਂਜੀ ਉਹਨਾਂ ਦੀਆਂ ਬੜੀਆਂ ਕਿਸਮਾਂ ਵਜਾ ਹਾਲਤ ਜ਼ੁਲਮਾਂਤ ਵਾ ਨੂਰ ਬਣਾਏ ਉਹਨੇ ਨੇ ਦੱਸਿਆ ਭਈ ਆਜੇ ਇਹ ਜ਼ੁਲਮਾਂਤ ਤੇ ਇਹ ਨੂਰ ਅੱਛਾ ਜੀ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਹੁਣ ਤੁਸੀਂ ਇੱਕ ਲਾਜ਼ ਲਈ ਕੀ ਕਰੀਏ ਕਿ ਅਸਮਾਨ ਵੱਲ ਨਜ਼ਰ ਮਾਰ ਲਈ ਅਸਮਾਨ ਪਹਿਲਾਂ ਸਮਾਨ ਦਾ ਨਜ਼ਰ ਆਉਂਦਾ ਹੀ ਪਿਆ ਹੈ ਨਾ ਸਾਨੂੰ ਤੇ ਜ਼ਮੀਨ ਜਿਸ ਤਰ੍ਹਾਂ ਵਿਛਾਈ ਹੈ ਆਪਣੀ ਨਜ਼ਰ ਮਾਰ ਲਵੀਏ ਹਾਂਜੀ ਸਾਡਾ ਜ਼ਿਹਨ ਕੀ ਆਖਦਾ ਭਈ ਉਹ ਵਾਹਦਾ ਹੁਲਾ ਸ਼ਰੀਕ ਹੈ ਜਿਸ ਤਰ੍ਹਾਂ ਕੁਰਾਨ ਦੱਸਦਾ ਹੈ ਬਈ ਉਸ ਦਾ ਕੋਈ ਸਾਨੀ ਨਹੀਂ ਉਹ ਐਸੀ ਤਾਕਤਵਰ ਹਸਤੀ ਹੈ ਕਿ ਜਿੰਨੂੰ ਵਾਕਈ ਜਿਸ ਤਰ੍ਹਾਂ ਸਾਨੀ ਨਹੀਂ ਹੋਣਾ ਚਾਹੀਦਾ ਇਸ ਲਈ ਅੱਲਾ ਪਾਕ ਅੱਗੇ ਫਰਮਾ ਰਿਹਾ ਨਤੀਜਾ ਕਰ ਰਿਹਾ ਸੂਮ ਅਲਜ਼ੀਨਾ ਕਫਰੂ ਬਿ ਰੱਬਿ ਹਿਮ ਯਾਦ ਅਲਮੁਨ अच्छा जी ये सुमा में समझना फिरना चाह लवन ली ना मज़ा लवन लगा सुमा इस सुमा आखिने इस्तिब आदिया नव दमान इस्तिब आदिया बई ये अकल तो बहुत दूर है चीज़ के चीज़ है कि जेडे काफर ने अपने रब दे करते हैं या उदूल करते हैं याद अलू उनका लफ्ज़ दो लफजन तू मुफसरीन इस्ते बहस करते हैं ਕੋਈ ਆਖਦੇ ਨੇ ਭਾਈ ਉਦੂਲ ਤੋਂ ਨਿਕਲਿਆ ਕੋਈ ਆਖਦੇ ਨੇ ਇਦਲ ਤੋਂ ਨਿਕਲਿਆ ਦੋਵੇਂ ਇਤੇ ਮਾਨਾ ਸਹੀ ਨੇ ਅੱਛਾ ਜੀ ਉਦੂਲ ਕੀ ਹੈ ਭਾਈ ਫੇਰ ਵੇਖੋ ਗੱਲ ਅਕਲੇ ਜ ਨਹੀਂ ਹੁੰਦੀ ਇਹਨਾਂ ਨੇ ਕਿਸ ਤਰ੍ਹਾਂ ਇਹਨਾਂ ਦੇ ਪੱਲੇ ਪੈ ਗਈ ਭਾਈ ਕਾਫਰ ਜਿਹੜੇ ਨੇ ਉਹ ਤੌਹੀਦ ਦਾ ਰਸਤਾ ਛੱਡ ਕੇ ਸ਼ਰਕ ਵੱਲ ਜਾਂਦੇ ਨੇ ਉਦੂਲ ਕਰਦੇ ਨੇ ਹਾਂਜੀ ਫੇਰ ਜੇ ਅਗਰ ਇਦਲ ਲਈਏ ਫੇਰ ਵੇਖੋ ਕਾਫਰ ਜਿਹੜੇ ਨੇ ਆਪਣੇ ਰੱਬ ਦੇ ਨਾਲ ਬਰਾਬਰੀ ਠਹਿਰਾਉਂਦੇ ਨੇ ਕਿਵੇਂ ਬਰਾਬਰੀ ਠਰਾਂਦੇ ਨੇ ਇਬਾਦਤ ਚ ਬਰਾਬਰੀ ਠਰਾਂਦੇ ਨੇ ਉਹਨਾਂ ਨੂੰ ਮੁਸ਼ਕਲ ਕੁਸ਼ਾ ਗਾਇਰ ਨੂੰ ਸਾਬਤ ਕਰਦੇ ਨੇ ਜਿਵੇਂ ਰੱਬ ਕੋਲੋਂ ਦੁਆਵਾਂ ਕਰਨ ਇੱਧਰ ਬਰਾਬਰੀ ਜਿਵੇਂ ਰੱਬ ਕੋਲੋਂ ਦੁਆਵਾਂ ਕਰਨੀਆਂ ਨੇ ਉਵੇਂ ਗਾਇਰ ਤੋਂ ਦੁਆਵਾਂ ਕਰਦੇ ਨੇ ਜਿਵੇਂ ਰੱਬ ਦੀਆਂ ਨਜ਼ਰਾਂ ਦੇਣੀਆਂ ਚਾਹੀਦੀਆਂ ਨੇ ਉਵੇਂ ਗਾਇਰ ਦੀਆਂ ਨਜ਼ਰਾਂ ਦਿੰਦੇ ਨੇ ਜੇ ਰੱਬ ਨੂੰ ਮੁਸ਼ਕਲ ਕੁਸ਼ਾ ਆਖਣਾ ਚਾਹੀਦਾ ਹੈ ਰੀਸ ਕਰਕੇ ਗਾਇਰ ਨੂੰ ਵੀ ਮੁਸ਼ਕਲ ਕੁਸ਼ਾ ਸਾਬਤ ਕਰਦੇ ਨੇ कोई कसर छड़ दी अल्लाह पाक ने तो ही समझाव ना इस एक मुबारक जी हा इस मैं पहले दसा ना भाई, आ, बे जी ना काफी रूबे रबे हम जादल भी हो गया तो अदूल भी हो गया अच्छा जी मैं पहले दस्या कि इस दिखाई जाए दलायल ये पहली की है ये पढ़ी पढ़ीए अकली दलील अकल विचाल हो ਐ ਸਾਮਾਨ ਸਾਰੇ ਵੇਖਦੇ ਪੈਜ ਜ਼ਮੀਨ ਵੇਖਦੇ ਪੈਜ ਉਹ ਇਸ ਹਸਤੀ ਦਾ ਸ਼ਰੀਕ ਬਣਾਈ ਜਾਂਦੇ ਹੋ ਇਹ ਤੁਹਾਡੀ ਅਕਲੇ ਵਿੱਚ ਕਿਸ ਤਰ੍ਹਾਂ ਗੱਲ ਸਮਾ ਗਈ ਕਿਸ ਤਰ੍ਹਾਂ ਦੂਰ ਹੋ ਗਏ ਤੁਸੀਂ ਤੁਹਾਡੇ ਕੀ ਪੱਲੇ ਪਈ ਗੱਲ ਹੈ ਤੁਹਾਨੂੰ ਕੀ ਲਾ ਇਲਾਹ ਦੀ ਬਾਤ ਸਮਝ ਆਈ ਅਸਲ ਸਵਾਲ ਤਾਂ ਅੱਜ ਮੈਂ ਸਮਝਣਾ ਕਰਨਾ ਬਣਦਾ ਹੈ ਇਸ ਸੱਚ ਦੀ ਰੋਸ਼ਨੀ ਨਾਲ ਮੁਸਲਮਾਨੋ ਤੁਹਾਨੂੰ ਕੀ ਲਾ ਇਲਾਹ ਦੀ ਸਮਝ ਹਾਂਜੀ जे फौज शुदान दे दरबार सजा के तुम दे हो अ कुरानते पूरे उतरते पे कैसी खाम ख्याली है तो वल्ल जी खाल मिहनतीन लोगो ते दो में मारफा इसलिए तखसीस आ गई तर्जमा की होगा वही है और कोई नहीं जिन्हें तहन बनाया मिनतीन किस तू मट्टी तू बनाया ਕਿਸੇ ਹੋਰ ਦਾ ਕੋਈ ਨਾਂ ਲੈਂਦਾ ਕੱਟੜ ਤੋਂ ਕੱਟੜ ਮੁਸ਼ਰਕ ਵੀ ਆਗਦਾ ਨਹੀਂ حضرت ਆਦਮ ਦਾ ਇੰਨਾ ਸਾਰੀ ਦੁਨੀਆ ਨੂੰ ਪਤਾ ਅਹਿੰਦੂਆਂ ਨੂੰ ਪਤਾ ਹਾਂਜੀ ਵਾਦਨ ਆਦਮ ਅਲੈਹਿਸਲਮ ਮਿੱਟੀ ਤੋਂ ਬਣੇ ਸੁਮਕਦਾ ਆਜਲ ਫਿਰ ਅੱਲਾਹ ਪਾਕ ਨੇ ਇੱਕ ਟਾਈਮ ਰਖਿਆ ਕਾਦਾ ਟਾਈਮ ਰਖਿਆ ਮੌਤ ਦਾ ਟਾਈਮ ਰਖਿਆ ਵਾ ਆਜਲ ਮਸਮਨ ਇੰਦਹੁ ਤੇ ਆਖਰਤ ਦਾ ਟਾਈਮ ਜਿਹਦਾ ਉਠਾਇਆ ਜਾਣਾ ਉਸ ਦਾ ਟਾਈਮ ਉਸ ਦੇ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਤੁਮ ਮਾਨ ਤਮ ਤਰੂਨ ਫਿਰ ਤੁਸੀਂ ਸ਼ੱਕ ਕਰਦੇ ਜੇ ਤਮ ਤਰੂਨ ਦੇ ਵੀ ਦੋ ਮਾਨੇ ਅਕਸਰ ਮੁਫਸਰੀ ਨੇ ਬਿਆਨ ਕੀਤੇ ਨੇ ਇੱਕ ਤਾਂ ਇਹ ਤੁਸੀਂ ਝਗੜਾ ਕਰਦੇ ਹੋ ਹਾਂਜੀ ਬਾਤਲ ਝਗੜਾ ਦੂਜਾ ਇਹ ਤੁਸੀਂ ਸ਼ੱਕ ਕਰਦੇ ਅੱਛਾ ਉਹਨੇ ਤੁਹਾਨੂੰ ਬਣਾਇਆ ਮਿੱਟੀ ਤੋਂ ਫਿਰ ਤੁਹਾਨੂੰ ਮਾਰਦਾ ਹੈ ਇੱਕ ਟਾਈਮ ਤੋਂ ਬਾਅਦ ਫਿਰ ਤੁਹਾਡੇ ਲਈ ਆਖਰਤ ਦਾ ਟਾਈਮ ਹੈ ਤੇ ਇਹਦੇ ਵਿੱਚ ਸ਼ੱਕ ਕਰਨ ਨਾ ਹੀ ਕਿਹੜੀ ਗੱਲ ਵੇ ਦੁਬਾਰਾ ਉਠਾਉਣਾ ਤੁਹਾਨੂੰ ਇਹਦੇ ਵਿੱਚ ਸ਼ੱਕ ਬਣਦਾ ਹੈ ਜਾਂ ਇਸ ਤੇ ਸ਼ੱਕ ਬਣਦਾ ਕਿ ਐਡੀ ਵੱਡੀ ਹਸਤੀ ਨਾਲ ਸ਼ਰੀਕ ਹੋ ਸਕਦਾ ਹੈ ਨਹੀਂ ਬਣਦਾ ਅੱਛਾ ਤੇ ਫਿਰ ਇਹ ਬਾਤਲ ਤੁਹਾਡਾ ਝਗੜਾ ਬਣਦਾ ਹੈ ਇਹ ਦੁਬਾਰਾ ਨਹੀਂ ਉਠਾਇਆ ਜਾਣਾ ਉਹ ਆਖਦੇ ਹਨ ਨਾ ਇਜ਼ਾਕੁਨਨਾ ਮਿਤਨਾ ਜਦੋਂ ਅਸੀਂ ਮਰ ਜਸਾਂ ਵਕੁਨ ਤੁਰਾਬਾ ਤੇ ਅਸੀਂ ਮਿੱਟੀ ਹੋ ਜਸਾਂ ਫਿਰ ਉਠਾਇਆ ਜਸਾਂ ਹੱਲਾ ਪਾ ਕੇ ਤੁਹਾਡਾ ਬਣਦਾ ਹੀ ਨਹੀਂ ਸਵਾਲ ਹੀ ਨਹੀਂ ਬਣਦਾ ਇਹ ਤੁਹਾਡੇ ਬਾਤਲ ਤਰਾਇਲ ਨੇ ਹਾਂਜੀ ਤੇ ਫਿਰ ਸ਼ੱਕ ਕਿੱਥੋਂ ਹੋ ਗਿਆ ਤੁਹਾਨੂੰ ਵੇ ਤੁਹਾਨੂੰ ਨਹੀਂ ਉਠਾਇਆ ਜਾਣਾ ਜਾਂ ਉਹ ਸਸਤੀ ਦਾ ਇਹ ਦੋਵੇਂ ਜਗ੍ਹਾ ਤੇ ਫਿੱਟੇ ਇੱਕ ਆਖਿਰਤ ਤੇ ਵੀ ਐ ਤੇ ਮੁਬਾਰਕਾ ਫਿੱਟੇ ਦੂਜਾ ਇਹ ਦਲੀਲ ਪਿਛਲੀ ਦਾ ਹਿੱਸਾ ਚੱਲੀ ਜਾਂਦਾ ਦਲੀਲੇ عقਲੀ ਅਕਲ ਨੂੰ ਜੰਜੋੜਿਆ ਜਾ ਰਿਹਾ ਹੈ ਵਾਹ ਵਲਾਹੁ ਫਿਸ ਸਮਾਵਤ ਵਾਫਿਆ ਫਿਲ ਅਰਧ ਅੱਲਾ ਇਹ ਅਸਮਾਨਾਂ ਵਿੱਚ ਵੀ ਜ਼ਮੀਨ ਦੇ ਵਿੱਚ ਵੀ ਇੱਥੇ ਅੱਲਾ ਇਹ ਅਸਮਾਨਾਂ ਤੇ ਜ਼ਮੀਨ ਦੇ ਕੀ ਮਰਾਦ ਹੈ ਅੱਲਾ ਜ਼ਾਤੀ ਨਾ ਹੈ ਉਹ ਹੀ ਅੱਲਾ ਅਸਮਾਨਾਂ ਵਿੱਚ ਹੀ ਹੈ ਜ਼ਮੀਨ ਵਿੱਚ ਕੀ ਹੈ ਇਸ ਤੋਂ ਖਾਸ ਵਸਫ ਮੁਰਾਦ ਹੋਣਾ ਖਾਸ ਵਸਫ ਕੀ ਹੈ ਉਹ ਅੱਲਾ ਹੀ ਹੈ ਮਬੂਦ ਪੁਕਾਰਾਂ ਦੇ ਲਾਇਕ ਤਸਰਫਾਤ ਦੇ ਲਾਇਕ ਅਸਮਾਨਾਂ ਵਿੱਚ ਵੀ ਜ਼ਮੀਨ ਦੇ ਵਿੱਚ ਵੀ ਨਾ ਕੋਈ ਜ਼ਮੀਨ ਦੀ ਕੋਈ ਸ਼ੈ ਤਸਰਫ ਕਰ ਸਕਦੀ ਹੈ ਨਾ ਅਸਮਾਨ ਦੀ ਕੋਈ ਸ਼ੈ ਤਸਰਫ ਕਰ ਸਕਦੀ ਅੱਲਾ ਹੀ ਹੈ ਅਸਮਾਨਾਂ ਤੇ ਵੀ ਜ਼ਮੀਨ ਤੇ ਵੀ ਯਾ ਲਮੁ ਸਿਰਕੁਮ ਉਹ ਤੁਹਾਡੇ ਬੇਜ ਜਾਣਦਾ सिर व जहरा कुम और जहरन जुले सामने करते जानता वाह मख से जो खबाई कर दे जे कसब कर दे जे फिर की व माता हिम मिना आया तिना आया तो रबे हिम इला कानू अन्हा मोरजीन शिकवा जी ਵੇ ਆ ਹਾਲਾਤੇ ਇਹਨਾਂ ਦੀ ਜਦੋਂ ਵੀ ਕੋਈ ਅੱਲਾ ਪਾਕ ਦੀ ਆਇਤ ਆਉਂਦੀ ਹੈ ਅੱਲਾ ਪਾਕ ਦੀ ਤਰਫੋਂ ਆਇਤ ਆਉਂਦੀ ਹੈ ਕੀ ਹੁੰਦੀ ਹੈ ਦਲੀਲ ਆਉਂਦੀ ਹੈ ਦਲੀਲ ਕਿਸ ਤੇ ਆਉਂਦੀ ਹੈ ਸ਼ਿਰਕ ਦੇ ਖਿਲਾਫ ਆਉਂਦੀ ਹੈ ਭਈ ਸ਼ਿਰਕ ਸਹੀ ਨਹੀਂ ਹੈ ਤੌਹੀਦ ਦੇ ਹੱਕ ਵਿੱਚ ਆਉਂਦੀ ਹੈ ਮਨ ਆਇਤ ਰੱਬੇ ਹਨ ਤੁਹਾਡੇ ਰੱਬ ਦੀਆਂ ਬਾਤਾਂ ਵਿੱਚ ਇਲਾਕਾਨੂ ਅਨਹਾ ਮੋਰਦੀਨ ਤੇ ਇਹ ਕੀ ਕਰਦੇ ਨੇ মুশਰੀਕੀਨ ਨੂੰ ਮੋੜ ਲੈਣ ਗਾਲ ਸਮਝਣ ਵਾਸਤੇ ਹੀ ਤਿਆਰ ਨਹੀਂ ਹੁੰਦੇ ਦਲੀਲ ਕਬੂਲ ਕਰਨ ਵਾਸਤੇ ਹੀ ਤਿਆਰ ਨਹੀਂ ਹੁੰਦੇ ਫਕਾਦ ਕਜ਼ਬ ਬਿਲ ਹਕ ਤਹਕੀਕ ਗੱਲ ਖੁੱਲ ਗਈ ਹੈ ਤਹਕੀਕ ਹੋ ਗਈ ਹੈ ਕਿ ਇਹਨਾਂ ਨੇ ਸੱਚ ਨੂੰ ਝੂਠਲਾ ਦਿੱਤਾ ਹੈ ਇਹ ਕੁਰਾਨ ਨੂੰ ਝੂਠਲਾਵਣ ਵਾਲੇ ਬਣ ਚੁੱਕੇ ਨੇ ਇਹ ਆਪਣੇ ਕਰਤੂਤਾਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਇਨਾਂ ਦੇ ਕਰਤੂਤ ਤਾਂ ਇਹ ਨੇ ਸ਼ਰਕ ਕਰਦੇ ਪਏ ਨੇ ਕੁਰਾਨ ਖੋਲ ਕੇ ਬਿਆਨ ਕਰਦਾ ਛੱਡਣ ਵਾਸਤੇ ਤਿਆਰ ਨਹੀਂ ਇਸ ਲਈ ਹੱਕ ਨੂੰ ਝੁਟਲਾ ਚੁੱਕੇ ਸੱਚ ਨੂੰ ਝੁਟਲਾ ਚੁੱਕੇ ਨੇ ਲਮਾ ਜਾਹਮ ਜਦੋਂ ਕਿ ਇਹਨਾਂ ਕੋਲ ਆ ਗਿਆ ਪਰਦੇ ਪਏ ਨੇ ਦਲਾਇਲ ਸਮਝਦੇ ਪਏ ਨੇ ਨਹੀਂ ਫਸਾਉ ਫਯਾਤੀਹਮ ਅੰਬਾਉ ਮਾਕਾਨੂ ਬੇਯਸਤਾ ਦੇ ਹੁਣ ਤੇ ਹੁਣ ਆ ਜਾਣੀਆਂ ਨੇ ਐ ਸਮਝੋ ਹੁਣ ਆ ਜਾਣੀਆਂ ਨੇ ਖਬਰਾਂ ਇਹ ਜਿਹੜੇ ਹਾਸੇ ਇਹ ਜਿਸ ਤੂੰ ਹਾਸੇ ਹੁੰਦੇ ਪੈਂਦਾ ਇਹਨਾਂ ਨੂੰ ਉਹ ਖਬਰਾਂ ਆ ਜਾਣੀਆਂ ਹਾਸੇ ਕਿ ਭਈ ਅੱਡੇ ਵੱਡੇ ਅਸੀਂ ਚੌਧਰੀ ਸਾਡੇ ਤੇ ਵੀ ਅਜ਼ਾਬ ਆ ਜਾਏਗਾ ਜਾਂ ਇਹ ਮੱਕਾ ਦੀ ਵਸਤੀ ਮਲੀਆਂ ਮੇਟ ਹੋ ਜਾਏਗਾ ਅੱਲਾ ਪਾਗ ਆਖਦਾ ਹੈ ਭਈ ਇਹਨਾਂ ਦਾ ਹੁਣ ਬੰਦੋਬਸਤ ਹੋ ਰਿਹਾ ਫੈਸਲਾ ਹੋ ਚੁੱਕਿਆ ਅੱਛਾ ਜੀ ਅੱਗੇ ਆ ਗਈ ਤਖਵੀਫੇ ਦੁਨੀਆਵੀ ਬਈ ਇਹ ਦੁਨੀਆ ਦੇ ਹਾਲਾਤ ਵੇਖ ਕੋ ਲਓ ਕੀ ਵੇਖ ਲਓ ਅਲਮ ਜਰੋ ਕਿਆ ਵੇਖਦੇ ਨਹੀਂ ਕਮ ਅਹ ਲਕਨਾ ਮਨ ਕਬਲੇ ਹਮ ਮਨ ਕਰਨ ਕਿਤਨੀ ਵਸਤੀਆਂ ਇਹਨਾਂ ਤੋਂ ਪਹਿਲੇ ਅਸੀਂ ਬਰਬਾਦ ਕਰ ਦਿੱਤੀਆਂ ਮਕਨ ਨਾਮ ਫਿਲ ਅਰਦ ਉਹਨਾਂ ਨੂੰ ਬੜੀ ਤਮਕੀਨ ਦਿੱਤੀ ਜ਼ਮੀਨ ਤੇ ਉਹਨਾਂ ਨੂੰ ਬੜਾ ਵਸਾਇਆ ਬੜੇ ਮਕਾਨ ਆਲੀ ਸ਼ਾਨ ਤੇ ਸਾਰਾ ਕੁਝ ਮਾ ਲਮ ਨੁਮਕਨ ਲਕਮ ਜਿਹੜੀ ਤਮਕੀਨ ਤੁਹਾਨੂੰ ਨਹੀਂ ਦਿੱਤੀ ਤੁਸੀਂ ਉਸ ਤਰ੍ਹਾਂ ਨਹੀਂ ਬਣਾ ਸਕਦੇ ਉਹ ਨਾ ਘਰ ਨਾ ਰਹਿਣ ਸਹਿਨ ਵਅਰਸਲ ਨਸ ਸਮਾ ਅਲੇਹਮ ਮਦਰਾਰਾ ਔਰ ਅਸਮਾਨਾ ਤੂੰ ਕੀ ਏ ਲਗਾਤਾਰ ਪਾਣੀ ਵਸਾਇਆ ਰਹਿਮਤ ਦੀ ਬਾਰਸ਼ਾਂ ਕੀਤੀਆਂ ਵਜਲਨਲ ਅਨਹਾਰਾ ਔਰ ਨਹਿਰਾ ਵਿੱਚ ਬਣਾਈਆਂ ਤਜਰੀਮਨਤਾ ਤਹਿਮ ਉਹ ਵਿੱਚ ਇਹਨਾਂ ਦੇ ਵਹਿੰਦੀਆਂ ਨੇ ਜ਼ਮੀਨ ਦੇ ਫਆਲਕ ਨਾਉਮ ਬਿਜ਼ਨੂਬਹਿ ਜਦੋਂ ਉਹਨਾਂ ਕੋਈ ਗੱਲ ਨਾ ਮੰਨੀ ਗੁਨਾਹਾਂ ਤੇ ਡਟ ਗਏ ਤੇ ਅੱਲਾਹ ਪਾਕ ਆਖਦਾ ਕਿ ਅਸੀਂ ਕੀ ਹੈ ਹਲਾਕ ਕਰ ਦਿੱਤਾ ਵਸਤੀਆਂ ਕਿਉਂ ਹਲਾਕ ਕੀਤੀਆਂ ਉਹ ਸ਼ਿਰਕ ਦੀ ਡਟ ਗਈਆਂ ਤੇ ਅਸੀਂ ਨਿਸਤ ਨਬੂਦ ਕਰ ਦਿੱਤੀਆਂ ਮੁਸ਼ਰਕੀ ਨੇ ਮੱਕਾ ਇਸ ਨੂੰ ਗਨੀਮਤ ਜਾਣੋ ਤੇ ਤੋਬਾ ਕਰ ਲੋ ਵਾਪਸ ਆ ਜਾਓ ਕਿਦਰੇ ਉਹ ਛੋਟਾ ਤੁਹਾਡੇ ਸਿਰ ਤੇ ਵੀ ਨਾ ਪੈ ਜਾ ਫਾ ਅਹਲਕਨਾ ਹਮ ਬਿਜ਼ਨੂਬਹਿਮ ਵਾ ਅਨਸ਼ਾਨਾ ਮਿੰਬਾਦਹਿਮ ਕਰਨਨ ਆਖਰੀਨ ਫਿਰ ਦੂਜੀਆਂ ਕੌਮਾਂ ਅਸੀਂ ਲਿਆ ਵਸਾਈਆਂ ਹਾਂਜੀ ਵਲਾਉ ਨਜ਼ਲਨਾ ਅਲੈਕਾ ਕਿਤਾਬਨ ਫੀ ਕਿਰਤਾਸਲ ਅੱਛਾ ਜੀ ਇਸ ਪਹਿਲੇ ਹਿੱਸੇ ਦੇ ਵਿੱਚ ਸ਼ੁਭਾਤ ਜਿਹੜੇ ਪਾਉਂਦੇ ਹਨ ਨਾ ਮੁਸ਼ਰਕੀ ਉਹਨਾਂ ਦੇ ਸ਼ੁਭਾਤ ਦਾ ਵੀ ਜਵਾਬ ਦਿੱਤਾ ਜਾਏਗਾ ਇਹ ਤਕਰੀਬਨ ਮੇਰੇ ਅੰਦਾਜ਼ੇ ਸੱਤ ਹੁੰਦੇ ਨੇ ਉਹਨਾਂ ਦੇ ਸ਼ੁਭਾਤ ਜਿਨ੍ਹਾਂ ਦਾ ਜਵਾਬ ਦਿੱਤਾ ਜਾ ਰਿਹਾ ਪਹਿਲਾ ਸ਼ੁਭਾ ਇਹ ਪਾਉਂਦੇ ਹਨ ਭਈ ਇਹ ਕਿਉਂ ਨਹੀਂ ਜਾਂਦੇ ਉਹ ਦੂਜੇ ਮਕਾਮ ਤੇ ਉਹਨਾਂ ਦਾ ਸ਼ੁਭਾ ਨਕਲ ਹੁੰਦਾ ਇੱਥੇ ਜਵਾਬ ਬਈ ਅਸਮਾਨਾਂ ਤੇ ਚੜਨ ਉੱਥੋਂ ਇੱਕ ਲਿਖੀ ਹੋਈ ਕਿਤਾਬ ਲੈ ਆ ਕੇ ਸਾਨੂੰ ਦੇ ਅੱਲਾਹ ਪਾਕ ਫਰਮਾਂਦਾ ਵਲੋ ਨਜ਼ਲਨਾ ਅਲੈਕਾ ਕਿਤਾਬਨ ਅਸੀਂ ਤੁਹਾਡੇ ਤੇ ਕਿਤਾਬ ਉਤਾਰ ਵੀ ਦਿੰਦੇ ਫੀਕਰਤਾਸ ਇਹ ਲਿਖੀ ਹੋਣ ਦੀ ਕਾਗਜ਼ਾਂ ਤੇ ਹਾਂਜੀ ਫਾਲਾ ਮਸੂਹ ਲਾ ਮਸੂਹ उन्होंने ये हथ ला के वेख लें बइ आ किताबे तो लिखी हुई है ब्याई दी हिम अपने हथा छू लकाल अल्लाजीना काफरू फिर भी काफर की आखना हा इन हाजा इल्ला सेरो मुबीन ए जादू हो गया ए वजे जादू है कि तू किताब आ गई जी तो ये सफ़े आ गए तो सारा कुछ हो गया हाँ जी फिर भी इन्हें बहाने बनाने हाँ बकालू लो ला उंजला मलक ਅੱਛਾ ਜੀ ਫੇਰ ਉਹ ਆਖਦੇ ਆਂ ਦੂਜੇ ਮਕਾਮ ਤੇ ਇਹ ਦੂਜਾ ਸ਼ੁਬਾ ਇਹਨਾਂ ਨੇ ਫਰਿਸ਼ਤਾ ਕਿਉਂ ਨਹੀਂ ਉਤਲ ਫਰਿਸ਼ਤਾ ਆਣ ਕੇ ਗਾਰੰਟੀ ਦੇਵੇ ਨਾ ਇਹ ਕਿ ਸੱਚੇ ਰਸੂਲ ਮੈਂ ਪਹਿਲੇ ਆਖਿਆ ਜਦੋਂ ਤੋਹੀਦ ਦੇ ਦਲਾਇਲ ਦੇ ਜਵਾਬ ਨਹੀਂ ਦੇ ਸਕਦਾ ਨਾ মুশਰਕ ਉਦੋਂ ਫਿਰ ਰਸਾਲਤ ਤੇ ਵਰਸੀ ਨਾ ਰਸਾਲਤ ਤੇ ਸ਼ੱਕ ਪਾ ਸੀ ਇਸ ਲਈ ਅੱਲਾਹ ਪਾਕ ਨਾਲ ਨਾਲ ਰਸਾਲਤ ਦੀ ਗਵਾਹੀ ਵੀ ਦਿੰਦਾ ਰਸਾਲਤ ਦੇ ਉਹਨਾਂ ਦੇ ਸ਼ਕੂਕ ਜਿਹੜੇ ਸਵਾਲ ਨੇ ਉਹ ਵੀ उन्होंने खत्म किए जाते हैं बकालू लो लाज ला लाल की आखते हैं इन्होंने फरिश्ता क्यों नहीं उतरिया अल्लाह वालाओ अंजल ना मालक आ अगर असं फरिश्ता उतार दे हो होता फैसला हो जाता फिर तो इनका मतलब है फरिश्ते कह गल फरिश्तेमांल देते रिसालत वास्ते तो नहीं चुने हुआ रिसालत बशर ही करता बशरों के फरिश्ता जाके बशर के इंसाना रिसालत नहीं करता फरिश्ता एक इंसान से जा उतर है उन्होंने रसूल आखते हैं वो अगे पैगाम देता अल्लाह पाग आखता जी असं फरिश्ता उतारीए लखो जी अलाम फिर फैसला करके उतार दे बीजा मलिया मेट कर दे जिमें हजरत लूत लाइ इसला तो कौम वाल गए फरिश्ते झूमल आ युजरूण ਫਿਰ ਮੌਲਦ ਨਾ ਦਿੱਤੀ ਜਾਂਦੀ ਹਾਂਜੀ ਬਲਉ ਜਲ ਨਾ ਮਾਲਗਨ ਅਗਰ ਫਰਿਸ਼ਤਾ ਉਤਾਰ ਦੇ ਹਾਂਜੀ ਤੇ ਕੀ ਲਜਲ ਨਾ ਹੋ ਰਾਜੂਲਾ ਉਹ ਨੂੰ ਹੀ ਇਨਸਾਨ ਬਣਾ ਦੇ ਫਰਿਸ਼ਤਾ ਉਹ ਆਪਣੀ ਅਸਲ ਸ਼ਕਲ ਵਿੱਚ ਨਾ ਜਾਂਦਾ ਉਹ ਨੂੰ ਹੀ ਇਨਸਾਨ ਬਣਾ ਕੇ ਉਤਾਰ ਦੇ ਬਲ ਲਬਸ ਨਾ ਅਲੈਹਮ ਮਾ ਜਲਬੈ ਸੂਨ ਜਿਸ ਤਰ੍ਹਾਂ ਹੁਣ ਸ਼ੱਕ ਵਿੱਚ ਨੇ ਉਦੋਂ ਵੀ ਸ਼ੱਕ ਵਿੱਚ ਹੁੰਦੇ ਹੁਣ ਜਿਵੇਂ ਸ਼ੱਕ ਕਰਦੇ ਭੈਣ ਨਾ फेर ਇਨਨੇ ਤੇ ਅਸੀਂ ਉਹ ਇਹ ਸ਼ੱਕੇ ਚ ਜਾਮਣਾ ਵਾਲਾ ਕਦਿਸ ਤੂਜ਼ਿਆ ਸਾਨੂੰ ਸੋਹ ਹੈ ਕਿ ਕੀ ਹੋਇਆ ਬੇ ਰਸੂਲ ਮਿੰ ਕਬਲੇ ਕਾ ਤੁਹਾਡੇ ਤੋਂ ਪਹਿਲੇ ਰਸੂਲਾਂ ਨਾਲ ਠੱਠੇ ਤੇ ਮਜ਼ਾਕ ਕੀਤੇਗਾ ਹਾਂਜੀ ਇਹ ਤਸੱਲੀ ਰਸੂਲ اللہ ਸੱਲਾ ਵਾਲੀ ਸੱਲਮ ਲਈ ਤਸੱਲੀ ਤਸੱਲੀ ਰੱਖੋ ਇਹ ਜਿਹੜਾ ਤੁਸੀਂ ਪੈਗਾਮ ਪੰਜਾਬ ਦੇ ਪਾਇਓ ਨਾ ਤੋਹੀਦ ਦਾ ਇਹ ਨਹੀਂ ਹਜ਼ਮ ਹੁੰਦਾ ਇਹ ਅੱਛਾ ਮੁਸਲਮਾਨ ਗਏ ਨੇ ਮੱਕਾ ਵੀ ਆਖਦੇ ਹਨ ਅਸੀਂ ਦੀਨ ਇਬਰਾਹੀਮ ਪਿਆ ਹਾਂਜੀ ਤੇ ਉਹਦੇ ਕੋਲ ਹਜ਼ਮ ਹੋਇਆ ਯਹੂਦ ਕੋਲ ਹਜ਼ਮ ਹੋਇਆ ਇਸਾਈਆਂ ਕੋਲ ਹਜ਼ਮ ਹੁੰਦੀ ਹੈ ਤੌਹੀਦ ਅੱਜ ਮੁਸਲਮਾਨਾਂ ਕੋਲ ਇਹਵੇਂ ਤੌਹੀਦ ਨਹੀਂ ਹਜ਼ਮ ਹੁੰਦੀ ਭਾਈ ਹਾਂਜੀ ਅਸੀਂ ਪਰੇਸ਼ਾਨ ਹੁੰਦੇ ਹਾਂ ਵੀ ਨਹੀਂ ਯਾਰ ਇਹ ਕੀ ਹੈ ਫਰਮਾਇਆ ਜਾ ਰਿਹਾ ਫਹਾਕ ਬਿਲਜ਼ੀਨਾ ਸਾਖਰੂ ਮਿਨਹਮ ਅੱਛਾ ਜੀ ਜਿਸ ਤੂੰ ਉਹਨਾਂ ਤੋਂ ਜਿਸ وجہ ਤੋਂ ਉਹ ਕਰਦੇ ਹਨ ਨਾ ਮਸਕਰੀਆਂ ਤੇ ਹਸਦੇ ਹਾਨ ਮਾ ਕਾਨੂੰ ਬਹੀ ਯਸਤਾਜ਼ ਹੂਨ ਜਿਸ ਤੂੰ ਹਸਦੇ ਹਾਨ ਉਹਨੇ ਆਣ ਕੇ ਤੇ ਇਹਨਾਂ ਨੂੰ ਘੇਰ ਲਿਆ ਲਿਆ ਭਈ ਲੂਤ ਲੈ ਇਸਲਾਹਤ ਅੱਲ੍ਹਾਮ ਨਾ ਆਖਣਾ ਅਜ਼ਾਬ ਲਿਆ ਫਿਰ ਅਜ਼ਾਬ ਆਇਆ حضرت ਹੂਦ ਅਲੈਹਿਸਲਾਤ ਸੱਲਮ ਨੂੰ ਆਖਣਾ ਉਹਨਾਂ ਦੀ ਪਾਉ ਅਜ਼ਾਬ ਲਿਆ ਫਿਰ ਅਜ਼ਾਬ ਆਇਆ ਚਸਾ ਨਾ ਕਰਾ ਦਿੱਤੀਆਂ ਅਜ਼ਾਬ ਨੇ ਓ ਐਨੇ ਦਿਨ ਗਰੀਬਾਨਾ ਤੋਂ ਫੜ ਕੇ ਉਹਨਾਂ ਦੇ ਉਹ ਮਾਲਾਂ ਦੇ ਵਿੱਚੋਂ ਲਿਆ ਕੇ ਅਜ਼ਾਬ ਨਿਕਲਣਾ ਆ ਜਾਓ ਭਈ ਮਦਾਨਾਂ ਉੱਤੇ ਜਾ ਕੇ ਫਿਰ ਸਿਰ ਟਕਰਾਉਣੇ ਸ਼ਸ ਲਈ ਤੇ ਅਜ਼ਾਬ ਦੀ ਸੁਮਨਜ਼ਰੂ ਅੱਛਾ ਜੀ ਕੁੱਲ ਸਿਰੂ ਫੇਲਰ ਨਬੀ ਇਹਨਾਂ ਦੱਸਦੇ ਤਕਲੀਫੇ ਦੁਨੀਆਵੀ ਸਿਰੂ ਫੇਲਰ ਜ਼ਮੀਨ ਤੇ ਚੱਲ ਫਿਰ ਕੇ ਵੇਖ ਲਓ ਸੁਮਨਜ਼ਰੂ ਫਿਰ ਨਜ਼ਰ ਦੁੜਾਓ ਚਲੋ ਜ਼ਮੀਨ ਤੇ ਸੈਰ ਕਰੋ ਸੁਮਨਜ਼ਰੂ ਫਿਰ ਨਜ਼ਰ ਦੋੜਾਓ ਕੈਫਾ ਕਾ ਨਾ ਕੇ ਬਾਤਲ ਮੁਕਜ਼ਬੀ ਉਹ ਜਾ ਜਿਹੜੀਆਂ ਵਸਤੀਆਂ ਬਰਬਾਦ ਹੋਈਆਂ ਪਈਆਂ ਨੇ ਉੱਥੇ ਜਾ ਕੇ ਵੇਖੋ ਤੇ ਸੋਚੋ ਭਈ ਕੈਫਾ ਇਹ ਕਿਵੇਂ ਵਸਤੀਆਂ ਬਰਬਾਦ ਹੋ ਗਈਆਂ ਚੰਗੇ ਭਲੇ ਵਸਦੇ ਘਾਰੇ ਕਿਵੇਂ ਉੱਜੜ ਗਏ ਇਹ ਵਸਤੀਆਂ ਕਿਉਂ ਮਲਿਆ ਮੇਟ ਕਰ ਦਿੱਤੀਆਂ ਗਈਆਂ ਕੀ ਵਜ੍ਹਾ ਬਣ ਗਈ ਕੈਫਾ ਕਿਸ ਤਰ੍ਹਾਂ ਇਹਨਾਂ ਤੇ ਕੀ ਆਇਆ ਹੋਣਾ ਅਜ਼ਾਬ ਹਾਂਜੀ ਕੁੱਲ ਇਹ ਹੁਣ ਇਹ ਨੂੰ ਆਖਦੇ ਨੇ ਬਈ ਖਸਮ ਦੇ ਵਿੱਚ ਇਤਰਾਫ ਕਰਨਾ ਖਸਮ ਕੀਏ ਝਗੜੇ ਦੇ ਵਿੱਚ ਮੁਖਾਲਫ ਪਾਰਟੀ ਦਾ ਇਤਰਾਫ ਕਰ ਲੈਣਾ ਇਹ ਦਲੀਲ ਕੀ ਹੈ ਇਹ ਦਲੀਲ ਅਕਲੀ ਲੇਕਿਨ ਇਸ ਦਲੀਲ ਅਕਲੀ ਦੇ ਵਿੱਚ ਮੁਖਾਲਫ ਇਤਰਾਫ ਕਰਦਾ ਪਿਆ ਵੀ ਜਿਹੜੀ ਤੁਸੀਂ ਗੱਲ ਕਰਦੇ ਪਿਓ ਉਹ ਸਹੀ ਹੈ ਇਹ ਹੁਣ ਸੁਣੋ ਕੁਲ ਮਨ ਮਾਫ ਇਸ ਸਮਾਵਤ ਵਾਲਾ ਅਰਦ ਇਹ ਨਬੀ इन्ह पूछो पुछो जो कुछ असमाना और जमीन त है मलकियत है उस दा खालक कौन है किस है वो मलकियत दी हैलकी तसरफात किसते हैं उसते हुक्म किस तरह चलता पिया असमाना तो किस तरह चलता पिया जमीन तरह चलता पिया पाया को जवाब ही कोई नहीं हूँ अगला चुप करके बैठा तुम की आखसो ਓ ਭਾਈ ਇਹ ਗੱਲ ਮੰਨਣਾ ਹੈ ਨਾ ਇਹਨਾਂ ਨੂੰ ਪੁੱਛ ਲੋ ਕੁਲ ਲਿਲਾ ਅੱਲਾ ਨੂੰ ਹੀ ਮੰਨਦੇ ਜੇ ਨਾ ਓਏ ਅੱਲਾ ਹੀ ਮਾਲਕ ਹੈ ਨਾ ਅੱਲਾ ਦੀ ਬਾਦਸ਼ਾਹੀ ਹੈ ਨਾ ਅੱਲਾ ਦੇ ਤਸਰਫਾਤ ਨੇ ਨਾ ਕਾਤਾਬਾ ਮੰਨ ਗਏ ਜੇ ਇੱਥੋਂ ਤੱਕ ਤਾਂ ਮੰਨ ਗਏ ਜੇ ਤੇ ਅੱਗੇ ਹੁਣ ਕੀ ਏ ਕਾਤਾਬਾ ਅਲਾ ਨਫਸਹਿ ਰਹਾ ਤੁਹਾਨੂੰ ਮੰਨ ਕੇ ਤੇ ਤੁਸੀਂ ਮੁਕਰੇ ਫਿਰਦੇ ਜੇ ਨਾ

ਸਾਨੂੰ ਸੋਏ ਤੁਹਾਨੂੰ ਕਿਆਮਤ ਵਾਲੇ ਦਿਨ ਅਸੀਂ ਸਾਰਿਆਂ ਨੂੰ ਇਕੱਠਾ ਕਰਨਾ ਲਾ ਰੈਬਾफी ਹੈ ਉਸ ਦੇ ਵਿੱਚ ਕੋਈ ਸ਼ੱਕ ਨਹੀਂ ਜੇ ਅਲਜ਼ੀਨ ਖਾਸਰੂ ਅਨਫੁਸਾ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਚ ਪਾਇਆ ਫਹੁਮ ਲਾਯੂਮਨੂ ਉਹ ਕੀ ਹੈ ਉਹ ਈਮਾਨ ਨਹੀਂ ਲੈਂਦੇ ਇਹ ਕੀ ਹੋ ਗਈ ਤਖਵੀਫ ਬੇਕਿਆਮਾ ਲਯਜਮਾਨ ਨਾ ਕੋਮ ਤੋ ਕੀ ਹੋ ਗਈ ਤਖਵੀਫ ਪਹਿਲੇ ਹਾਈ ਤੌਹੀਦ ਅਕਲੀ ਅਕਲ ਨੂੰ ਜੰਜੋੜਿਆ ਜਾਂਦਾ ਪਿਆਹਾ ਬਈ ਅਕਲ ਤੁਹਾਡੀ ਤੁਹਾਡੇ ਕੋਲ ਜਵਾਬ ਕੋਈ ਨਹੀਂ ਮੰਨੀ ਖਲੋਤੇ ਦੇ ਕੇ ਅਸਮਾਨਾਂ ਤੇ ਜ਼ਮੀਨ ਕਿਸ ਦੀ ਮਲਕੀਅਤ ਨੇ ਅੱਲਾ ਦੀ ਬਾਦਸ਼ਾਹ ਕੌਣ ਹੈ ਅੱਲਾ ਤਸਰਫਾਤ ਅੱਲਾ ਦੇ ਦੇ ਫਿਰ ਇਹ ਦੂਜੇ ਪਾਸੇ ਕੀੜਾ ਕੀ ਹੈ ਫਿਰ ਪੁੱਤਰ ਦਿੰਦਾ ਪੁੱਤ ਦਿੰਦਾ ਹਾਂਜੀ ਰੋੜੀ ਦਿੰਦਾ ਪੁੱਤ ਦਿੰਦਾ ਫਿਰ ਉਹ ਇਹ ਚੱਕਰ ਕੀ ਇਹ ਚੱਕਰ ਤਾਂ ਜਰਾ ਸਮਝਾਓ ਨਾ ਜਵਾਬ ਕੋਈ ਨਹੀਂ ਪੜੇ ਅੱਜ ਕਬਰਾਂ ਕੋਲ ਹੈ ਕੋਈ ਬੁਤਾਂ ਆਲੇ ਕੋਲ ਕੋਈ ਇਸਾਈਆਂ ਕੋਲ ਕੋਈ ਨਹੀਂ ਯਹੂਦੀਆਂ ਕੋਲ ਕੋਈ ਨਹੀਂ ਮੁਸਲਮਾਨ ਗੀਨੇ ਮੱਕਾ ਕੋਲ ਕੋਈ ਨਹੀਂ ਐ ਇਤਰਾਫ ਹੈ ਕੱਟੜ ਬੁਤਾਂ ਆਲੇ ਬੇਲੀ ਇਤਰਾਫ ਕਰ ਚੁੱਕੇ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ ਅਸੀਂ ਉਹਨਾਂ ਕੋਲ ਇਤਰਾਫ ਕਰਾਉਂਦੇ ਪਾਇਆ ਅੱਲਾ ਦੇ ਨਬੀ ਪਹਿਲੇ ਪਹਿਲੇ ਇਤਰਾਫ ਕਰਵਾਇਆ ਭਈ ਅਸਮਾਨਾਂ ਤੇ ਜ਼ਮੀਨ ਤੇ ਹਕੂਮਤ ਕਿਸ ਦੀ ਹੈ कोई भी नहीं इन कर सकता जानता है अल्लाह नी आखते है हिंदू कदों तो आखते हैं कि होर किसी हकूमत वह आखिने ताकत अला ताक दकूमत अल्लाह अला थले उतार के फिर भी उन्होंने हुकूमत करा दे ना अल्लाह ने उतार लिया अल्लाह हर पास अला फरमान मन गया अजय ਮੁਕਰਨ ਇਹ ਕੀ ਚੱਕਰ ਹੈ ਹਾਂਜੀ ਵਲਹੁ ਮਾਸਾਕਾ ਨ ਫਿਲਲੈਲ ਉਸੇ ਦਾ ਇਹ ਜੋ ਰਾਤ ਨੂੰ ਸਕੂਨ ਵਿੱਚ ਹੁੰਦਾ ਜਿਹੜੀ ਚੀਜ਼ ਵੀ ਰਾਤ ਨੂੰ ਸਕੂਨ ਜੰਦੀ ਏ ਉਹ ਕਿਸ ਦੀ ਏ ਅੱਲਾਹ ਦੀ ਮਲਕੀਅਤ ਉਸ ਦਾ ਖਾਲਕ ਕੌਣ ਹੈ ਅੱਲਾਹ ਉਸ ਦਾ ਬਾਦਸ਼ਾਹ ਕੌਣ ਹੈ ਅੱਲਾਹ ਉਸ ਤੇ ਤਸਰਫਾਤ ਕਿਸ ਦੇ ਨੇ ਉਸੇ ਹੁਕਮ ਕਿਸ ਦਾ ਚੱਲਦਾ ਹੈ ਅੱਲਾਹ ਦਾ ਜੇ ਆਖੀਏ ਉਸ ਦੇ ਵਿੱਚ ਲਾਹੁ ਦੇ ਕਦਰ ਨੂੰ ਵਾਇਲੇਟ ਕਰਾਂਗੇ ਕੇਸ ਦੇ ਵਿੱਚ ਪੀਰਾਂ ਫਕੀਰਾਂ ਦਾ ਵੀ ਹੁਕਮ ਚੱਲਦਾ ਹੈ ਇਸ ਦੇ ਵਿੱਚ ਕਿਸੇ ਬੁੱਧ ਦਾ ਵੀ ਹੁਕਮ ਚੱਲਦਾ ਹੈ ਇਸ ਦੇ ਵਿੱਚ ਕਿਸੇ ਭਲੀ ਦਾ ਵੀ ਹੁਕਮ ਚੱਲਦਾ ਕੁਰਾਨ ਦੇ ਮੁਨਕਰ ਪੜਾਂਗੇ ਵਲਹੁ ਮਾਸਾਕਾਨਾ ਫਿਲਲੈ ਵਨਹਾਰ ਨਹਾਰ ਤਾਂ ਦਿਨ ਨੂੰ ਕੰਮ ਕਰਨ ਦਾ ਹੁੰਦਾ ਹੈ ਨਾ ਇੱਥੇ ਇਸੇ ਲਈ ਫੇਲ ਮਜ਼ੂਫ ਹੈ ਭਈ ਉਹ ਸਕੂਨ ਤਾਂ ਰਾਤ ਨੂੰ ਹੁੰਦਾ ਹੈ ਨਾ ਦਿਨ ਨੂੰ ਜਿਹੜਾ ਕੰਮ ਕਾ ਕਰਦੀਆਂ ਨੇ ਚੀਜ਼ਾਂ ਫਿਰਦੀਆਂ ਨੇ ਸਾਰੀਆਂ ਦਾ ਪਤਾ ਚੱਲਦਾ ਉਹ ਵੀ ਸਾਡੇ ਹੁਕਮ ਦੇ ਤਾ ਚੱਲ ਰਹੀਆਂ ਨੇ ਉਹ ਵੀ ਸਾਡੀ ਮਲਕੀਅਤ ਦੇ ਤਾ ਚੱਲ ਰਹੀਆਂ ਨੇ ਉਹ ਵੀ ਬਗੈਰ ਸ਼ਰਾਕਤ ਦੇ ਸਾਡੇ ਕੰਟਰੋਲ ਵਿੱਚ ਨੇ ਐ ਬਾਤ ਸੰਭੋ ਰਾਤ ਨੂੰ ਜਿਹੜੀਆਂ ਚੀਜ਼ਾਂ ਸਕੂਨ ਵਿੱਚ ਦਿਨ ਨੂੰ ਜਿਹੜੀਆਂ ਚੀਜ਼ਾਂ ਹਰਕਤ ਵਿੱਚ ਸਾਰੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਨੇ ਬਗੈਰ ਸ਼ਰਾਕਤ ਦੇ ਐ ਮਤਲਬ ਇਹ ਸਾਇਤ ਮੁਬਾਰਕਾ ਦਾ ਕੁਝ ਪੱਲੇ ਰਿਹਾ ਸਾਡੇ ਕੁਝ ਪੀਰਾਂ ਫਕੀਰਾਂ ਨੇ ਸਾਡੇ ਪੱਲੇ ਰਹਿਣ ਦਿੱਤਾ ਕੁਝ ਮੌਲਵੀਆਂ ਨੇ ਸਾਡੇ ਪੱਲੇ ਰਹਿਣ ਦਿੱਤਾ ਇਹੋ ਜਿਹੀ ਪੜਦੇ ਆ ਦਿਨ ਰਾਤ ਹਾਂਜੀ ਬਾਕੀ ਸਦੇ ਜਿਹਨੂੰ ਕੁਰਾਨ ਦੇ ਨਾਲ ਪਿਆਰ ਹੈ ਜਿਹੜਾ ਸਮਝਦਾ ਵੀ ਕੁਰਾਨ ਦੇ ਸਾਹਮਣੇ ਸਾਰਾ ਕੁਝ ਜ਼ੀਰੋ ਕੁਰਾਨ ਫੈਸਲਾ ਕਰਦੀ ਉਹ ਪੜੇ ਇਹ ਅਲੱਗ ਆ ਬਾਤ ਹੈ ਕਿ ਹੁਣ ਜ਼ਾਲਿਮਾਂ ਨੇ ਬੁੜੀਆਂ ਕਿਤਾਬਾਂ ਤਫਸੀਰਾਂ ਲਿਖ ਦਿੱਤੀਆਂ ਉਹਨਦੇ ਵਿੱਚ ਹਰ ਆਇਤ ਦੇ ਵਿੱਚ ਆਪਦਾ ਮਤਲਬ ਉਲੂ ਸਿੱਧਾ ਕੀਤੀ ਗਏ ਨੇ ਲੇਕਿਨ ਬੰਦੇ ਦੇ ਵਿੱਚ ਇੰਨੀ ਤਾਂ ਅਕਲ ਹੋਣੀ ਚਾਹੀਦੀ ਏ ਦੋ ਤਿੰਨ ਤਰਜਮੇ ਚ ਆ ਕੇ ਵੇਖ ਲਵੇ ਦੋ ਤਿੰਨ ਮੁਫਸਰ ਪੜ੍ਹ ਲਵੇ ਗੱਲ ਸਿੱਧੀ ਦਾ ਕੋਈ ਖੁੱਲ ਜਾਂਦੀ ਨਹੀਂ ਅੱਛਾ ਜੀ ਵਾਹੁ ਵਸਮ ਯੂਲ ਅਲੀਮ ਹਰ ਸ਼ੈ ਦੀ ਸੁਣਨ ਵਾਲਾ ਕੌਣ ਇੱਥੇ ਵੀ ਹੱਸ ਰੇ ਇੱਕ ਜਗ੍ਹਾ ਤੇ ਐ ਸਮਝੋ ਐ ਦੇ ਇੱਕ ਹਿੱਸੇ ਦੇ ਵਿੱਚ ਹਸਰ ਹੋਵੇਨ ਹੱਸ ਰੱਖਦੇ ਨੇ ਬਈ ਇਹ ਕੰਮ ਇਹ ਸਿਫਤ ਸਿਰਫ ਐਸ ਦੀ ਹੈ ਹਸਤੀ ਦੀ ਹੈ ਉਹਨੂੰ ਆਖਦੇ ਨੇ ਹਸਰ ਇਹ ਦੂਜੀ ਵਿੱਚ ਨਹੀਂ ਪਾਈ ਜਾਂਦੀ ਵਾਲਾ ਹੂ ਦੇ ਵਿੱਚ ਹਸਰੇ ਫਿਰ ਇਹਦੇ ਵਾਹੂ ਅਸ ਸਮੀਉਲ ਅਲੀਮ ਦੇ ਵਿੱਚ ਵੀ ਹਸਰੇ ਕਿਉਂਕਿ ਇਹਦੇ ਵਿੱਚ ਵੀ ਮੁਫਤਦਾ ਤੇ ਮਾਰਫਾ ਮੁਫਤਦਾ ਤੇ ਖਬਰ ਦੋਵੇਂ ਮਾਰਫਾ ਨੇ ਇਸ ਲਈ ਕਿ ਇਹ ਵਾਹੂ ਵਸ ਸਮੀਉਲ ਅਲੀਮ ਵਹੀ ਹੈ ਸੁਣਨੇ ਵਾਲਾ ਹਰ ਚੀਜ਼ ਦੀ ਸੁਣਨ ਵਾਲਾ ਕੌਣ ਅੱਲਾ ਹਰ ਚੀਜ਼ ਦੀ ਜਾਣਨ ਵਾਲਾ ਕੌਣ ਅੱਲਾ ਹਾਂਜੀ ਕੋਈ ਗੱਲ ਛੱਡਦੀ ਪਈ ਹੁਣ ਅੱਗੇ ਜਾ ਕੇ ਕੱਲ ਨੂੰ ਇਸ ਦੇ ਨਤੀਜਾ ਹੁਣ ਦੁਲਾਈ ਲਈ ਆਏ ਨੇ ਨਾ ਕੱਲ ਨੂੰ ਸਮਰਾ ਪੜਾਂਗੇ ਇਨਸ਼ਾਅੱਲਾ ਤੇ ਮਜ਼ਾ ਆ ਜਾਸੀ ਇੰਨੀਆਂ ਖੁੱਲੀਆਂ ਗੱਲਾਂ ਨੇ ਹੁਣ ਰੋਣਾ ਏ ਸਾਨੂੰ ਜਿਹੜਾ ਇਹਨਾਂ ਨੇ ਪੜਾਉਣਾ ਉਹ ਤਾਂ ਕੁਰਾਨ ਸਿਖਾਉਣਾ ਨੇ ਨਾ ਪਹਿਲੀ ਵੇ ਫੁਰਸਤ ਦੇ ਜੇ ਸਾਡੇ ਕੰਨ ਸ਼ੁਰੂ ਤੋਂ ਬਚਪਨ ਤੋਂ ਕੁਰਾਨ ਸੁਣਦੇ ਹੁੰਦੇ ਅੱਜ ਸਾਡੀ ਹਾਲਤ ਹੋਵੇ ਆਈ ਮੇਰੇ ਭਾਈ ਨਹੀਂ ਇਹ ਲੋਕ ਕੁਰਾਨ ਪੜਦੇ ਇਸ ਵਜਾ ਤੋ ਵਾਖਿਰਦਾ ਵਾਨਾ ਨਿਲਮਦੁਲਿਲਾ ਰਬਿਲ ਅਲ